70 ਮਿੰਟ ਤੁਹਾਨੂੰ ਹਮੇਸ਼ਾ ਯਾਦ ਰਹਿਣਗੇ। ਹਾਂਜੀ, ਫਿਲਮ ਭਾਵੇਂ 2.5 ਘੰਟੇ ਦੀ ਹੁੰਦੀ ਹੈ, ਪਰ ਪੰਜਾਬੀ ਸਿਨੇਮਾ ਦੇ ਵਿੱਚ ਹੁਣ 70 ਮਿੰਟ ਦੀ ਗੇਮ ਹਾਕੀ ਤੇ ਇੱਕ ਨਹੀਂ ਦੋ ਫਿਲਮਾਂ ਆ ਰਹੀਆਂ ਨੇ। ਇੱਕ ਪਾਸੇ ਹੈ ਖਿੱਦੋ ਖੁੰਡੀ, ਜਿਸ ਵਿੱਚ ਫੁਲਵੈਲ ਪੱਗ ਵਾਲੇ ਰਣਜੀਤ ਬਾਵਾ ਨੈਸ਼ਨਲ ਗੇਮ ਹਾਕੀ ਖੇਡਦੇ ਹੋਏ ਨਜ਼ਰ ਆਉਣਗੇ, ਤੇ ਦੂਜੇ ਪਾਸੇ ਹੈ ਹਰਜੀਤਾ। ਇਸ ਫਿਲਮ ਦੇ ਵਿੱਚ ਜ਼ਿੰਦਾਬਾਦ ਯਾਰੀਆਂ ਰੱਖਣ ਵਾਲੇ ਐਮੇ ਵਿਰਕ ਜੂਨੀਅਰ ਹਾਕੀ ਟੀਮ ਦੇ ਚੈਂਪੀਅਨ ਖਿਡਾਰੀ ਹਰਜੀਤ ਸਿੰਘ ਦੀ ਬਾਇਓਪਿਕ ਵਿੱਚ ਹਰਜੀਤਾ ਬਣ ਕੇ ਆ ਰਹੇ ਨੇ। ਹੁਣ ਚੱਕ ਦੇ ਪੰਜਾਬ ਹੋਣ ਵਾਲੀ ਹੈ। ਜ਼ਿਆਦਾ ਅਪਡੇਟਸ ਲਈ ਦੇਖਦੇ ਰਹੋ ਬਾਈਸਕੋਪ ਸਿਰਫ ਪਿਟਾਰਾ ਟੀਵੀ ਤੇ।